यार तेरे नाल को होर बंदा होता पसूरी पसूरी की गोगा पसूरी गोगा पसकूरी नहीं कस्तूरी नहीं बाबा जी मियां साहब ਇਹ ਜਾਦੂਗਰਾਂ ਦੇ ਜਿਹੜੇ ਹੁੰਦੇ ਨਾ ਟਿਕਾਣੇ ਉੱਥੇ ਵੀ ਇਹੋ ਜਿਹੀਆਂ ਸਿਰੀਆਂ ਮਿਲਦੀਆਂ ਆਹੋ ਆਹੋ ਇਹ ਤਾਂ ਚਿੰਬੜ ਵੀ ਜਾਂਦੇ ਆ ਕਿਸੇ ਦਰਖਤ ਤੇ ਜ਼ਮੀਨ ਤੇ ਬਣਾ ਦੁਨੀਆ ਦਾ ਨਕਸ਼ਾ ਹਾਂ ਲੱਕੜਾਂ ਲੈ ਫੜ ਸਾਰੇ ਮੁਲਕ ਲਿਖ ਲੈ ਵਿੱਚ ਸਮੁੰਦਰ ਤੇ ਮਾਰ ਛਾਲ ਆ ਰੂਸ ਆ ਗਿਆ ਆ ਜਪਨੀ ਆ ਗਿਆ ਆ ਬੈਲਜੀਅਮ ਆ ਗਿਆ ਤੁਸੀਂ ਹਾਸੇ ਦੇ ਅਸੀਂ ਵੰਡ ਨਹੀਂ ਵੰਡਨੇ ਆ ਹੁਣ ਅਸੀਂ ਸਵੀਟ ਵੀ ਵੰਡਿਆ ਕਰਾਂਗੇ ਇਹ ਕੀ ਹੈ ਜੀ ਤੁਹਾਡੇ ਹੱਥ ਇਹ ਜੀ ਖਾਨਪੁਰ ਸਵੀਟ ਵਾਲਿਆਂ ਦੇ ਪੇੜੇ ਅੱਛਾ ਹਾਏ ਹਾਏ ਚੀਨੀ ਖੋਲ ਉਹ ਠਹਿਰ ਜਾ ਗੋਗੇ ਬੇਸਬਰਾ ਕੋ ਹੋਏ ਨਾ ਇੱਕ ਤਾਂ ਮਿੱਠੀ ਚੀਜ਼ ਵੇਖ ਕੇ ਨਾ ਤੂੰ ਉਹ ਹੀ ਹੋ ਜਾਂਦਾ ਉਹ ਕੌਣ ਹੁੰਦੇ ਆ ਲੋ ਖੋਲ ਲੈਂਦੇ ਆ ਇਹਦੀ ਪੈਕਿੰਗ ਤਾਂ ਦੇਖੋ ਹਾਏ ਇਹ ਦੇਖਿਆ ਡੱਬਾ ਹਾਂ ਸੋਹਣਾ ਪੈਕ ਇਹਦੇ ਵਿੱਚ ਲਓ ਜੀ ਇਹ ਨੇ ਖਾਨਪੁਰ ਦੇ ਪੇੜੇ ਉਹ ਯਾਰ ਤੂੰ ਤੇ ਐ ਮਾਰਨ ਦਾ ਐ ਨਾ ਕੌਂਡਾ ਕੱਢਣਾ ਵਿੱਚੋਂ ਲਾ ਗੋਗੇ ਇਹ ਤਾਜ਼ਾ ਦੁੱਧ ਤਾਜ਼ਾ ਮੱਖਣ ਔਰ ਬਿਹਤਰੀਨ ਚੀਨੀ ਹਲਕਾ ਮਿੱਠਾ ਲਾਈਟ ਜਿਹਾ ਲਾਈਟ ਜਿਹਾ ਮੇਰੇ ਵਾਸਤੇ ਠੀਕ ਹੈ ਤੇਰੇ ਲਈ ਨਹੀਂ ਇਹ ਭਾਜੀ ਆਨਲਾਈਨ ਤੁਸੀਂ ਆਪਣੇ ਘਰ ਬੈਠੇ ਆ ਮੰਗਾ ਸਕਦੇ ਹੋ ਖਾਨਪੁਰ ਸਵੀਟ ਦੇ ਪੇੜੇ ਪੂਰੀ ਦੁਨੀਆ 'ਚ ਇਸ ਵੇਲੇ ਜਾ ਰਹੇ ਨੇ ਬਾਹਰ ਦੇ ਮੁਲਕਾਂ 'ਚ ਅੰਦਰੂਨ ਮੁਲਕਾਂ 'ਚ ਅਤੇ ਆਰਾਮ ਨਾਲ ਤੁਸੀਂ ਔਡਰ ਦੇਣਾ ਤੁਹਾਡੇ ਘਰ ਆ ਜਾਣਗੇ ਥੱਲੇ ਇਹਨਾਂ ਦਾ ਨੰਬਰ ਵੀ ਚੱਲ ਰਿਹਾ ਅਤੇ ਨਾਲ ਗੋਗੇ ਦਾ ਮੂੰਹ ਵੀ ਚੱਲ ਰਿਹਾ ਐ ਲਓ ਜੀ ਐਨਰਜੀ ਵਾਸਤੇ ਬੱਚਿਆਂ ਨੂੰ ਦਵੋ ਸਿਆਣਿਆਂ ਨੂੰ ਮੋਟਾ ਸਿਹਤਮੰਦ ਬਸ ਪਸਲੀ ਨਾ ਚੜਾ ਲਈ ਚਿਲਤਨ ਪਿਓਰ ਦਾ ਜੀ ਆਪਣਾ ਬਿਲਕੁਲ ਪਿਓਰ ਇਹਦੇ ਵਿੱਚ ਆਪਣਾ ਔਰਗੈਨਿਕ ਚੀਜ਼ਾਂ ਔਰਗਨਾਈਜ਼ਰ ਨਹੀਂ ਨਹੀਂ ਔਰਗੈਨਿਕ ਚੀਜ਼ਾਂ ਦੇ ਸੀ ਕਿਉਂਕਿ ਤੂੰ ਪੜਿਆ ਲਿਖਿਆ ਲੱਗਦਾ ਲੱਗਦਾ ਕਿ ਮੈਂ ਹੈ ਹੀ ਹਾਂ ਅਤੇ ਬਹੁਤ ਮਿਹਰਬਾਨੀ ਅਤੇ ਚਿਲਤਨ ਪਿਓਰ ਦੀ ਪ੍ਰੋਡਕਟ ਮਿਲਦੀ ਹੈ ਥੱਲੇ ਇਹਨਾਂ ਦਾ ਆਪਣਾ ਨੰਬਰ ਵੀ ਆ ਇਹਨਾਂ ਦੀ ਵੈਬਸਾਈਟ 'ਤੇ ਤੁਸੀਂ ਜਾਓਗੇ ਜਿੱਥੇ ਮਰਜ਼ੀ ਆਰਡਰ ਕਰੋ ਤੁਹਾਨੂੰ ਘਰ ਪਹੁੰਚ ਜਾਏਗੀ ਅਤੇ ਅਸੀਂ ਘਰ ਪਹੁੰਚਦੇ ਹਾਂ ਇੱਕ ਵੀਡੀਓ ਕਰਕੇ ਆ ਮੈਨੂੰ ਮਾੜੀ ਜਿਹੀ ਉਂਗਲ ਤਾਂ ਲਵਾ ਉਂਗਲ ਦੇ ਲਵਾ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਏ ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਲਬੇਲਾ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਆਹੋ ਤੇਰੇ ਵਰਗੇ ਮੁੰਡੇ ਮੈਨੂੰ ਵੇਖਦੇ ਰਹਿੰਦੇ ਕਦੀ ਤੇਰੇ ਵਰਗੇ ਥਾਣੇ ਛੁੜਾ ਕੇ ਲਿਆਉਣਾ ਕਦੀ ਹਸਪਤਾਲੋਂ ਫੜ ਕੇ ਲਿਆਉਂਦੇ ਵੇਖਿਆ ਹੋਣਾ ਕਿਤੇ ਅਮਰੀਕਾ ਜਾ ਕੇ ਤੁਸੀਂ ਤੇ ਕਹਿੰਦੇ ਸੀ ਮੇਰਾ ਫਰਨੀਚਰ ਦਾ ਸ਼ੋਰੂਮ ਆ ਇੱਥੇ ਤੁਸੀਂ ਲੱਕੜਾਂ ਵੇਚਣ ਦਾ ਇਹ ਫਰਨੀਚਰ ਲੱਕੜ ਦਾ ਹੀ ਹੁੰਦਾ ਔਰ ਪਲਾਸਟਿਕ ਦਾ ਹੁੰਦਾ ਨਹੀਂ ਤੁਸੀਂ ਤੇ ਉੱਥੇ ਧਮਾਇਆ ਜੀ ਮੇਰੇ ਤੇ ਉੱਥੇ ਪੈਟਰੋਲ ਪੰਪ ਆ ਮੇਰੇ ਵੱਡੇ ਵੱਡੇ ਹੋਟਲ ਆ ਤੇ ਹੈਗਾ ਤੂੰ ਅਮਰੀਕਾ ਫਿਰਿਆ ਨਹੀਂ ਉਹ ਤੇ ਲੋਕਾਂ ਦੇ ਆ ਨਾ ਉਹ ਇੰਜੀ ਕਹੀਦਾ ਕਿ ਆਪਣੇ ਸਾਰੇ ਤੇ ਨਹੀਂ ਨਾ ਹੁੰਦੇ ਫਿਰ ਇਹ ਦੋ ਪੈਟਰੋਲ ਪੰਪ ਮੇਰੇ ਹੀ ਸਨ ਅੱਛਾ ਜੀ ਇਹ ਜਦੋਂ ਦੀ ਤੂੰ ਗੱਲ ਸੁਣੀ ਆ ਤੇ ਕਿਹੜੀ ਲੱਕੜ ਲੈਣੀ ਹੂੰ ਤੇ ਕਾਹਦਾ ਅਮਰੀਕਾ ਐਡਾ ਅਮੀਰ ਹੋ ਗਿਆ ਇਹਦੇ ਲੱਕੜਾਂ ਵੇਚਣ ਦਾ ਇੱਥੇ ਓਏ ਇੱਥੇ ਤੇ ਮਿੱਟੀ ਵੀ ਵੇਚੋ ਤੇ ਬੰਦਾ ਅਮੀਰ ਹੋ ਜਾਂਦਾ ਇੱਧਰ ਆ ਲੱਕੜ ਦੇ ਕੋਲ ਖੜਾ ਹੋ ਤਾਂ ਕਿ ਤੂੰ ਵੀ ਲੱਗਾ ਵੀ ਇਹ ਵੀ ਸੁੱਕੀ ਲੱਕੜ ਆ ਆ ਕੀਮਤ ਲਿਖੀ ਆ ਮੀਆਂ ਸਾਹਿਬ ਆ ਵੀ ਵੇਖ ਲੈ ਸੀ ਇੱਥੇ ਆ ਕੇ ਵੀ ਇਮਾਨਦਾਰੀ ਨਹੀਂ ਛੱਡੀ ਆਵੇ ਸਟੈਕ ਆਫ ਵੁੱਡ ਤੇ $40 ਦੀ ਉਹ ਆ ਭਰੀ ਸਾਰੀ ਭਰੀ ਸਾਰੀ ਹਾਂ ਜਿੰਨੀ ਭਰੀ ਤੁਸੀਂ ਭਰੀ ਮੈਂ ਭਰਦੀ ਕਿਸੇ ਨੌਕਰ ਭਰਦੀ ਭਰਦੀ ਮੈਂ ਕਿਹਾ ਪਤਨੀ ਇੱਕ ਲੱਕੜ $40 ਦੀ ਆ ਨਾ ਪੁੱਤ ਇਹ ਕੋਈ ਮੇਰਾ ਮਤਲਬ ਕੋਈ ਫਰਾਉਣ ਦਾ ਕੋਈ ਦਰਬਾਰ ਆ ਵੀ ਜਿੱਥੇ ਹਰ ਸ਼ਾਇ ਮਹਿੰਗੀ ਆ ਨਹੀਂ ਸਸਤੀ ਇਹ $40 ਹੈ ਅਮਰੀਕਾ ਸਸਤਾ ਮੁਲਕਾ ਕੋਈ ਏਡਾ ਮਹਿੰਗਾ ਨਹੀਂ ਮੀਆਂ ਸਾਹਿਬ $40 ਪਾਕਿਸਤਾਨੀ ਕਿੰਨੇ ਪੈਸੇ ਬਣੇ ਇਹ ਪੁੱਤ
ਦੋ ਚਾਰ ਬੰਦੇ ਰਲਣ ਤੇ ਮੈਂ ਤੈਨੂੰ ਦੱਸਾਂ ਤੇ ਇਹ ਕੀ ਕਰਦੇ ਲੱਕੜਾਂ ਇੱਥੇ ਤੇ ਨਾ ਗੈਸ ਜਾਂਦੀ ਨਾ ਬਿਜਲੀ ਜਾਂਦੀ ਨਾ ਲੈਣਾ ਨਾ ਦੇਣਾ ਟੈਕਨੋਲੋਜੀ ਇੰਨੀ ਆ ਤੇ ਲੱਕੜਾਂ ਦਾ ਕੀ ਸੇਕਣਾ ਹੁੰਦਾ ਇੱਥੇ ਸਰਦੀ ਬੜੀ ਹੁੰਦੀ ਹੈ ਸੇਕਣ ਵਾਸਤੇ ਲੈ ਜਾਂਦੇ ਅੱਛਾ ਅੱਛਾ ਉਹ ਫਾਇਰ ਜਿਹਾ ਜਿਹੜਾ ਵਿੱਚ ਬਾਲ ਕੇ ਤੇ ਆਲੇ ਦੁਆਲੇ ਸਾਰੇ ਬੈਠੇ ਸਾਰੇ ਬਹਿ ਜਾਂਦੇ ਝੂਠ ਬੋਲ ਰਹੇ ਹੁੰਦੇ ਬਹਿ ਕੇ ਸਾਰੇ ਖੈਰ ਉਹ ਤੇ ਤੂੰ ਬੋਲਦਾ ਐਡਾ ਬੋਲਿਆ ਕਿ ਮੂੰਹ ਤੇਰਾ ਝੂਠ ਵਰਗਾ ਹੋ ਗਿਆ ਠੀਕ ਆ ਤੇ ਪਾਕਿਸਤਾਨ ਕਿਸੇ ਲਈ ਸ਼ਕਰਕੰਦੀ ਇੱਥੇ ਬਣਦੀ ਬਾਲ ਲਈ ਕਿਸੇ ਆਲੂ ਭੁੰਨ ਲੈ ਇਹ ਸਾਰਾ ਕੁਝ ਹੁੰਦਾ ਇੱਥੇ ਪੋਟੈਟੋ ਪੋਟੈਟੋ ਕਹ ਲੈ ਟੋਮੈਟੋ ਕਹ ਲੈ ਜੋ ਮਰਜ਼ੀ ਕਹੋ ਇਹਨੂੰ ਇੰਗਲਿਸ਼ ਕਹਿੰਦੇ ਵੁੱਡ ਲੱਕੜ ਨੂੰ ਪੁੱਤ ਕਹਿੰਦੇ ਵੁੱਡ ਵੈਰੀ ਵੁੱਡ ਵੈਰੀ ਵੁੱਡ ਆ ਜਿਵੇਂ ਨਹੀਂ ਕਹਿੰਦਾ ਤੂੰ ਮੂਡੋ ਹੀ ਖਰਾਬ ਆ ਮੂਡੋ ਹੀ ਇਸ ਤਰ੍ਹਾਂ ਮੂਡੋ ਨਹੀਂ ਉਹ ਮੂਡੋ ਹੁੰਦਾ ਓਏ ਆਹੋ ਫਿਰ ਰਲ ਮਿਲ ਕੇ ਇਸ ਤਰ੍ਹਾਂ ਹੀ ਖਰਾਬ ਕਰੀ ਦੀ ਲੈਂਗੁਏਜ ਕਿ ਜ਼ਬਾਨ ਇਸ ਤਰ੍ਹਾਂ ਕਰੀ ਦਾ ਮੈਂ ਆਇਆ ਪਾਕਿਸਤਾਨ ਨੂੰ ਲੱਕੜਾਂ ਲੈਣ ਕਿਉਂਕਿ ਉੱਥੇ ਗੈਸ ਨਹੀਂ ਆ ਰਹੀ ਤੇ ਗੈਸ ਹੋ ਗਈ ਬਹੁਤ ਮਹਿੰਗੀ ਅਲਾ ਇਸ ਵੇਲੇ ਗੈਸ ਦੀ ਕੀਮਤ ਜਿਹੜੀ ਹੈ ਨਾ ਹਾਂ ਗਰੀਬ ਦੇ ਵੱਸੋਂ ਬਾਹਰ ਹੋ ਗਈ ਅਮੀ ਅਲਾ ਹਾਂਜੀ ਬਿਜਲੀ ਉਹ ਮਹਿੰਗੀ ਗੈਸ ਉਹ ਮਹਿੰਗੀ 3% ਗੈਸ ਵਧਾਤੀ ਆ ਉਹ ਤੇਰਾ ਪੇੜਾ ਟਰ ਜਾ ਤਾਂ ਕੱਢਤਾ ਹੀ ਮੇਰਾ ਮੈਂ ਵਧਾਈ ਆ ਗਵਰਨਮੈਂਟਾਂ ਨੇ ਵਧਾਈ ਆ ਜਿਹੜੇ ਆਉਂਦਾ ਹੈ ਯਾਰ ਇਹ ਮੈਂ ਇੱਕ ਹੋਰ ਗੱਲ ਸੁਣੀ ਆ ਵੀ ਉੱਥੇ ਪਾਕਿਸਤਾਨ 'ਚ ਬੰਦਿਆਂ ਦੇ ਹਾਲਾਤ ਇੱਦਾਂ ਦੇ ਆ ਬਈ ਪਰੇਸ਼ਾਨੀ 'ਚ ਗੈਸਾਂ ਦੀਆਂ ਬਿਮਾਰੀਆਂ ਹੋ ਗਈਆਂ ਤੇ ਗੈਸਾਂ ਹੀ ਗੈਸਾਂ ਹਰ ਇੱਕ ਨੂੰ ਉਹ ਟੈਨਸ਼ਨ ਨਾ ਹੋਈਆਂ ਟੈਨਸ਼ਨ ਆ ਅਜੇ ਗੱਲ ਸਹੀ ਆ ਉਹ ਟੈਨਸ਼ਨ ਜਿਹੜੀ ਹੁੰਦਾ ਉਹ ਸਾਰੀਆਂ ਬਿਮਾਰੀਆਂ ਦੀ ਮਾਂ ਹੁੰਦੀ ਟੈਨਸ਼ਨ ਆ ਤੇ ਇਸ ਲਈ ਮੈਂ ਟੈਨਸ਼ਨ ਕਦੀ ਕਿਸੇ ਦੀ ਲਈ ਨਹੀਂ ਤੇ ਤੂੰ ਟੈਨਸ਼ਨ ਨਹੀਂ ਲੈਂਦਾ ਅੱਛਾ ਉਹ ਹਰ ਵੇਲੇ ਅਟੈਨਸ਼ਨ ਰਹਿਣਾ ਆ ਢੇਰੀ ਕਿੰਨੇ ਦੀ ਆ ਇਹ ਪੁੱਤ ਮੇਰਾ ਹਾਲ ਤੇਰੀਆਂ ਅੱਖਾਂ ਬਿਲਕੁਲ ਇੱਥੇ ਟੈਗ ਨਹੀਂ ਲਾਇਆ ਇੱਥੇ ਲੱਗੀ ਲਾਉਣੀ ਤੂੰ ਉਹ ਟੈਗ ਲਾ ਤੇ ਨਹੀਂ ਲਿਆ ਕਿਤੇ ਤੂੰ ਤੇਰੀ ਆਦਤ ਹੈ ਆਦਤ ਹੈ ਤੇ ਮੈਂ ਕੱਲ ਹੀ ਟੈਗ ਲਾਉਣਾ ਯਾਰ ਉਹੀ ਜਿਹੜਾ $40 ਵਾਲਾ ਫੱਟਾ ਉਹੀ ਹੋਈ ਆ ਜਾ ਤੇ ਆ ਜਿਹੜੀ ਇਹ ਪੁੱਤ ਤੂੰ ਉਹ ਦੋ ਲੱਲਵੇਂ ਤੇ ਆ ਮੁਫਤ ਇਹ ਪੈਕੇਜ ਚੱਲ ਰਿਹਾ ਇਹ ਜਿਹੜਾ ਨਾ ਕੋਈ ਖੁਦਾ ਤਰਸੀ ਵੀ ਕਰੀ ਦੀ ਹੈ ਨਾ ਕਿੰਨੇ ਸਾਲ ਹੋ ਗਏ ਤੈਨੂੰ ਬਾਬ ਮੀਆਂ ਸਾਹਿਬ ਇੱਥੇ ਆਇਆ ਹੋਇਆ ਮੈਨੂੰ ਜਦੋਂ ਪਹਿਲਾ ਸਦਰ ਸੀ ਨਾ ਇਹਨਾਂ ਦਾ ਬੁਸ਼ ਆਹੋ ਇਹਦਾ ਪਿਓ ਹੁੰਦਾ ਸੀ ਬੁਸ਼ ਉਹਨੇ ਫਿਰ ਮੈਨੂੰ ਮੇਰੀ ਕਾਰਗਰਦਗੀ ਦੇਖੀ ਵੀ ਲੱਕੜਾਂ ਨੂੰ ਖੂਬ ਸਮਝਦਾ ਨਹੀਂ ਪਹਿਲਾ ਸਦਰ ਬੁਸ਼ ਤੇ ਨਹੀਂ ਸੀ ਨਹੀਂ ਨਹੀਂ ਆ ਜਦੋਂ ਬੁਸ਼ ਆਇਆ ਬੁਸ਼ ਆਇਆ ਉਦੋਂ ਤੁਸੀਂ ਆਏ ਅਬ ਬੁਸ਼ ਤੁਹਾਡੇ ਤੁਸੀਂ ਦੇਖਦੇ ਹੋ ਹੋਸ਼ ਹੋਸ਼ ਕਰਦੇ ਫਿਰਦੇ ਜਾਂ ਨਾ ਇੱਥੇ ਆ ਕੇ ਬੁਸ਼ ਤੇ ਕਰਨਾ ਚਾਹੀਦਾ ਨਾ ਅਰੇ ਉਹਨੇ ਫਿਰ ਮੈਨੂੰ ਮੇਰੀ ਕਾਰਗਰਦਗੀ ਦੇਖ ਕੇ ਤੇ ਮੈਨੂੰ ਉਹਨੇ ਦਿੱਤਾ ਕੀ ਕਾਗਜ਼ ਜਿਹਾ ਹੁੰਦਾ ਕੀ ਕਹੀਦਾ ਉਹਨੂੰ ਓਏ ਆ ਜਿਹੜਾ ਹੁੰਦਾ ਵਾ ਆਪਣਾ ਗ੍ਰੀਨ ਕਾਰਡ ਕਹਿ ਲਓ ਆ ਹਰਾ ਜਿਹਾ ਕਾਰਡ ਆ ਵੀ ਫਿਰ ਤੋਂ ਆ ਫਿਰ ਤੋਂ ਆ ਉਦੋਂ ਦਾ ਮੈਂ ਇੱਥੇ ਫਿਰਨ ਡਿਆ ਯਾ ਮੈਂ ਤੈਨੂੰ ਵੀ ਪਛਾਣ ਲੈ ਤੇਰੇ ਨਾਲ ਇੱਕ ਹੋਰ ਸੁੱਕੀ ਲੱਕੜ ਜੀ ਹੁੰਦੀ ਆ ਤੁਸੀਂ ਅਲਵੇਲਾ ਟੀਵੀ ਵੇਖਦੇ ਹੋ ਹਾਂ ਲੈ ਪੂਰੇ ਅਮਰੀਕਾ 'ਚ ਏਡਾ ਮਸ਼ਹੂਰ ਓ ਤੂੰ ਏਡਾ ਮਸ਼ਹੂਰ ਨਹੀਂ ਜਿਹੜਾ ਤੇਰਾ ਟੀਵੀ ਮਸ਼ਹੂਰ ਆ ਅੱਛਾ 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 ਅਲਾ ਵੀ ਮੈਂ ਇੱਕ ਗੱਲ ਪੁੱਛਣੀ ਆ ਵੀ ਮੈਂ ਤੂੰ ਤਾਂ ਉਹੀ ਲੱਗ ਰਹਾ ਅੱਖ ਤੇ ਦੋ ਚਾਰ ਚਪੇੜਾ ਮਾਰ ਕੇ ਚੈੱਕ ਕਰ ਲਾ ਬਾਬਾ ਜੀ ਚਪੇੜਾ ਮਾਰ ਕੇ ਕੋਈ ਬੁੱਤ ਬਾਬ ਚਪੇੜਾ ਮਾਰਨੀਆਂ ਤੁਸੀਂ ਆ ਉਹ ਤੇਰਾ ਜਿਹੜਾ ਨਾ ਵੇਖਣ ਦਾ ਅੰਦਾਜ਼ ਉਹ ਫਿਰ ਮੈਂ ਵੇਖਣਾ ਆਹਾਂ ਯਾਰ ਤੇਰੇ ਨਾਲ ਇੱਕ ਹੋਰ ਬੰਦਾ ਹੁੰਦਾ ਪਸੂੜੀ ਪਸੂੜੀ ਕੀ ਗੋਗਾ ਪਸੂੜੀ ਗੋਗਾ ਪਸਕੂਰੀ ਨਹੀਂ ਨਹੀਂ ਕਸਤੂਰੀ ਨਹੀਂ ਬਾਬਾ ਜੀ ਮੀਆਂ ਸਾਹਿਬ ਪਸਰੂਰੀ ਪਸਰੂਰੀ ਆ ਸਰੂਰੀ ਠੀਕ ਆ ਇਹ ਜ਼ਰੂਰੀ ਸੀ ਉਹ ਸਰੂਰ ਆਉਂਦਾ ਨਾ ਉਹਦੀ ਗੱਲ ਸੁਣ ਕੇ ਨਾ ਸਰੂਰੀ ਹਾਂ ਬਾਬਾ ਜੀ ਪਸਰੂਰੀ ਓਏ ਆਹੋ ਪਸਰੂਰੀ ਕਹਿ ਲੈ ਪੰਜਗੂਰੀ ਕਹਿ ਲੈ ਜੋ ਮਰਜ਼ੀ ਕਹਿ ਲੈ ਕਈ ਪਸੂੜੀ ਵੀ ਕਹਿ ਦਿੰਦੇ ਆ ਕਈ ਲਸੂੜੀ ਕਹਿੰਦੇ ਉਹਨੂੰ ਲਸੂੜੀ ਕਹਿੰਦੇ ਆ ਕਹਿੰਦੇ ਆ ਓਏ ਸੁਪਰ ਆ ਕੋ ਸੁਸਰੀ ਨਹੀਂ ਕਹਿੰਦਾ ਹੈ ਵੀ ਆ ਜਿਹੜਾ ਤੂੰ ਲਸੂੜੀ ਪਸੂੜੀ ਕਹਿਣ ਡਿਆ ਇਹ ਕਿੰਨੇ ਦਾ ਲਿਆ ਤੂੰ ਮੈਨੂੰ ਵੀ ਉਹ ਜਿਹਾ ਇੱਕ ਚਾਹੀਦਾ ਇਹ ਮੈਨੂੰ ਸਸਤਾ ਹੀ ਮਿਲ ਗਿਆ ਬਾਬਾ ਜੀ ਮੈਂ ਗਿਆ ਸੀ ਕਬਾੜਖਾਨੇ ਅੱਛਾ ਤੇ ਉੱਥੇ ਮੈਂ ਪੁਰਾਣੀਆਂ ਚੀਜ਼ਾਂ ਵੇਖਦਾ ਸੀ ਇਹਨੇ ਮੇਰੀ ਲੱਤ ਫੜ ਲਈ ਉੱਥੇ ਕਹਿੰਦਾ ਮੈਂ ਨਾਲ ਹੀ ਹਾਏ ਹਾਏ ਇਹ ਜਾਦੂਗਰਾਂ ਦੇ ਜਿਹੜੇ ਹੁੰਦੇ ਨਾ ਠਿਕਾਣੇ ਉੱਥੇ ਵੀ ਇਹੋ ਜਿਹੀਆਂ ਸਿਰੀਆਂ ਮਿਲਦੀਆਂ ਆਹੋ ਆਹੋ ਇਹ ਤਾਂ ਚਿੰਮੜ ਵੀ ਜਾਂਦੇ ਆ ਕਿਸੇ ਦਰਖਤ ਥੱਲੇ ਬਹਿ ਕੇ ਐਵੇਂ ਪੁੱਠਾ ਕੰਮ ਕਰੋ ਉੱਥੇ ਵੀ ਚਿੰਮੜ ਜਾਂਦੇ ਆ ਇਹ ਨਹੀਂ ਚਿੰਮੜਦੇ ਇਹਨਾਂ ਨੂੰ ਕੋਈ ਨਾ ਕੋਈ ਅਲ ਬਲਾ ਚਿਮੜੀ ਹੁੰਦੀ ਆ ਉੱਥੋਂ ਮੈਂ ਲਿਆ ਸੀ ਝਾੜ ਝੂੜ ਕੇ ਨਾ ਮੈਂ ਫਿਰ ਘਰ ਲਿਆ ਕੇ ਇਹਨੂੰ ਮਿੱਟੀ ਦੇ ਤੇਲ ਨਾਲ ਧੋਤਾ ਥੱਲੋਂ ਥੋੜਾ ਜਿਹਾ ਨਿਕਲਿਆ ਇਹ ਧੋ ਕੇ ਇਦਾਂ ਦਾ ਨਿਕਲਿਆ ਧੋ ਕੇ ਥੋੜਾ ਜਿਹਾ ਸਾੜ ਕੇ ਵੇਖਣਾ ਸੀ ਵੀ ਕੋਈ ਖੱਲ ਲਾ ਕੇ ਸ਼ਾਇਦ ਕੋਈ ਸੋਹਣਾ ਨਿਕਲਿਆ ਨਹੀਂ ਮੈਂ ਸੜਿਆ ਤੇ ਪਹਿਲੇ ਹੀ ਬਹੁਤ ਸੀਗਾ ਮੈਂ ਕਿਹਾ ਹੁਣ ਹੋਰ ਕੀ ਸਾੜਨਾ ਲੇਕਿਨ ਨਾ ਲੋਕ ਉਹਨੂੰ ਪਸੰਦ ਬਹੁਤ ਕਰਦੇ ਆਹੋ ਯਾਰ ਸਾਰਾ
ਅਮਰੀਕਾ ਆ ਉਹਨੂੰ ਪਸੰਦ ਕਰਦਾ ਵੀ ਤੇਰੀ ਮਾਂ ਜਿਹੜੀ ਮੇਰੀ ਬੁੱਢੀ ਆ। ਮੇਰੀ ਮਾਂ ਤੁਹਾਡੀ ਬੁੱਢੀ ਕਿਸ ਤਰ੍ਹਾਂ ਯਾਰ ਪੱਟਿਆ ਜੀ, ਤੁਹਾਡੀ ਬੀਵੀ ਉਹ ਵੀ ਸਾਡੀ ਮਾਂ ਹੀ ਹਾਂਜੀ ਹੈ ਨਾ। ਅੱਛਾ ਆਇਆ ਕਿੱਦਾਂ ਪਾਲੇ ਗੱਲ ਮੁਕਾ ਗੱਲ ਮੁਕੀ। ਉਹ ਬਾਬਾ ਜੀ ਮੈਂ ਇਸ ਲਈ ਆਇਆ ਮੀਆਂ ਸਾਹਿਬ ਹਾਂ ਕਿ ਅਮਰੀਕਾ ਤੋਂ ਹਰ ਚੀਜ਼ ਪੂਰੀ ਦੁਨੀਆ 'ਚ ਜਾ ਰਹੀ, ਪਾਕਿਸਤਾਨ ਵੀ ਜਾ ਰਹੀ ਹੈ, ਤੇ ਮੈਂ ਆਇਆ ਇੱਥੋਂ ਲੱਕੜ ਲੈਣ ਵਾਸਤੇ। ਅੱਛਾ ਅਮਰੀਕਾ ਦੀ ਲੱਕੜ ਕਹਿੰਦੇ ਧੁਖਦੀ ਨਹੀਂ ਛੇਤੀ, ਬਲਦੀ ਰਹਿੰਦੀ ਬਲਦੀ ਰਹਿੰਦੀ ਹੈ, ਕਿਉਂਕਿ ਬਲਦੀ ਤੇ ਤੇਲ ਪਾਉਂਦੇ ਆ ਨਾ, ਕਈ ਕਈ ਸਦੀਆਂ ਬਲਦੀ ਆ। ਤੂੰ ਮਰ ਜਾਣਾ ਤੇਰੇ ਅੱਗੋਂ ਉਹਨਾਂ ਸਭ ਨੇ ਮਰ ਜਾਣਾ, ਇਹਨੇ ਬਲਦੀਆਂ ਰਹਿਣਾ। ਅੱਛਾ ਜੀ ਠੀਕ ਹੈ ਗੱਲ, ਇੱਕ ਬੁਰੀ ਗੱਲ ਤੇਰੀ ਵਾ? ਨਹੀਂ ਨਹੀਂ ਕੋਈ ਬੁਰੀ ਗੱਲ ਨਹੀਂ। ਤੂੰ ਮਰ ਜਾਣਾ ਇਹਨੇ ਸੜ ਦੇ, ਮੈਂ ਕਿਉਂ, ਸਭ ਨੇ ਮਰਨਾ ਬਾਬਾ ਜੀ, ਸਭ ਨੇ ਮੌਤ ਪਰ ਹੱਕ ਆ। ਕੱਲ ਤੇਰੀ ਵਾਰੀ ਅੱਜ ਤੇਰੀ ਵਾਰੀ। ਇਹਦੇ ਚ ਸੁੱਕੀ ਲੱਕੜ ਕਿਹੜੀ ਆ? ਉਹ ਇਹ ਸਾਰੀ ਸੁੱਕੀ ਆ। ਅੱਛਾ ਇੱਥੇ ਗਿੱਲੀ ਦਾ ਰਿਵਾਜ ਨੀ, ਕਿਉਂ ਇੱਥੇ ਹੋਣੀ ਹੁਣੇ ਬਾਰਿਸ਼, ਹਾਂ ਨਾਲੇ ਚੱਲਣੀ ਹਵਾ ਐਡੀ ਤੇਜ਼, ਇਹਨੇ ਫੇਰ ਸੁੱਕ ਜਾਣਾ, ਤੇ ਬਰਫ਼ ਵੀ ਪੈਂਦੀ ਇਹਦੇ ਤੇ, ਨਾਲੇ ਖਾਂਦੀ ਪੀਂਦੀ ਕੁਛ ਨੀ, ਸੁੱਕਣਾ ਤੇ ਆਪੇ ਹੀ ਆ, ਜਿਵੇਂ ਤੂੰ ਨੀ ਸੁੱਕਾ। ਬਾਬਾ ਜੀ ਮੈਂ ਤੇ ਡਾਈਟ ਤੇ ਆ। ਉਹ ਡਾਈਟ ਨੇ ਨੀ, ਜੋਬ ਐਡਨ ਮਿਲਿਆ ਤੁਹਾਨੂੰ ਇੱਥੇ? ਮਿਲਿਆ ਕੇ ਬੜਾ, ਆ ਮੇਰਾ ਗੁਆਂਢੀ ਹੂੰ। ਗੁਆਂਢੀ ਕਿੱਦਾਂ ਜੀ ਤੁਹਾਡਾ? ਉਹ ਗੁਆਂਢੀ ਕੀ ਹੈ, ਥੋ ਲੱਕੜਾ ਲੈ ਕੇ ਜਾਂਦਾ ਹੈ, ਆਏ ਦਿਨ ਆਇਆ ਹੁੰਦਾ ਸਾਈਕਲ ਤੇ ਆਉਂਦਾ, ਪਿੱਛੇ ਲੱਕੜਾ ਬਣਦਾ, ਕਈ ਵਾਰੀ ਸਾਈਕਲ ਦਾ ਚੈਰ ਉਹਦਾ ਮੈਂ ਚੜਾਇਆ। ਮੀਆਂ ਸਾਹਿਬ ਜੋਬ ਬੈਡਨ ਸਦਰ ਆ ਇੱਥੋਂ ਦਾ, ਵਾਸ਼ਿੰਗਟਨ, ਅਸੀਂ ਵਰਜੀਨੀਆ ਚ ਨਾ ਇਸ ਵੇਲੇ, ਨਾਲ ਹੀ ਵਾਸ਼ਿੰਗਟਨ ਆ, ਉਹਨੂੰ ਪਤਾ ਲੱਗ ਗਿਆ ਭਾਵੇਂ ਤੇਰਾ ਟਾਲ ਸੀਲ ਕਰਦੇ। ਹਾਏ ਨਹੀਂ, ਉਹਦਾ ਘਰ ਨਾ ਬੰਦ ਹੋ ਜਾਓ, ਏਦਾਂ ਉਹਦੇ ਘਰ ਜਾ ਕੇ ਕਿਸ ਨਾਲ ਲੱਗੂ? ਅੱਛਾ ਬਰਾਊਨ ਮਾਈਂਡਡ ਲੋਕ ਆ, ਸਾਈਕਲ ਤੇ ਫਿਰਦੇ ਆ, ਸਾਈਕਲਾਂ ਤੇ ਫਿਰਦੇ, ਪੁੱਤ ਪੈਂਚਰ ਸਾਈਕਲ ਹੋਵੇ ਲੈ ਕੇ ਨਿਕਲ ਜਾਂਦੇ, ਏਡੇ ਬਰਾਡ ਮਾਈਂਡਡ ਆ। ਮੀਆਂ ਸਾਹਿਬ ਸਾਡੇ ਤੇ ਉੱਥੇ ਅੱਗੇ ਪਿੱਛੇ ਗੱਡੀਆਂ ਤੇ ਕੂੰ ਕੂੰ ਸੜਕਾਂ ਬੰਦ। ਉਹ ਨਾ ਨਾ, ਇੱਥੇ ਬੜਾ ਸਾਦਾ ਤਰੀਕੇ ਨਾਲ ਰਹਿੰਦੇ ਸਾਰੇ, ਜਿਵੇਂ ਸਾਰੇ ਇਕੱਠੇ ਆਵਾਮ ਰਹਿੰਦੀ ਜਿਵੇਂ ਉਹ ਵੀ ਰਹਿੰਦੇ ਆ, ਸਾਡੇ ਨੂੰ ਥੋੜੀ ਆ। ਤੁਹਾਨੂੰ ਕੋਈ ਇੱਥੇ ਤਕਲੀਫ ਚ ਨਹੀਂ? ਤਕਲੀਫ ਹੈ ਕਾਹਦੀ? ਕਿ ਮੈਂ ਇੱਥੇ ਕਿਉਂ ਰਹਿਣਾ? ਬੱਚੇ ਯਾਦ ਆਉਂਦੇ ਹੋਣੇ ਨਾ? ਓਏ ਯਾਰ ਬੱਚੇ ਵੀ ਮੈਂ ਬੁਲਾ ਲੈਣੇ ਸੀ, ਮਗਰ ਮੇਰਾ ਨਾਲ ਝਗੜਾ ਹੋਇਆ। ਆ ਬੱਚੇ ਤੁਸੀਂ ਬੁਲਾ ਲੈਣੇ ਸੀ, ਉਹ ਅਸਲ 'ਚ ਤੁਹਾਨੂੰ ਨਹੀਂ ਬੁਲਾਉਂਦੇ ਯਾਰ। ਹਰ ਗੱਲ ਤੂੰ ਵੀ ਕਿਤੇ ਸਾਡੇ ਮਹੱਲੇ ਦੇ ਪਿੰਡ ਦੇ ਨਹੀਂ ਰਹਿੰਦਾ। ਅੱਛਾ ਇਹਦੇ 'ਚ ਨਾ 5 ਕਿਲੋ ਲੱਕੜਾਂ ਜਿਹੜੀਆਂ ਨਾ ਮੈਨੂੰ ਸੁੱਕੀਆਂ ਸੁੱਕੀਆਂ ਤੋਲ ਦਿਓ, ਤੇ ਪਾਕਿਸਤਾਨ ਪਹੁੰਚਾਉਣੀਆਂ ਕਿੱਦਾਂ ਜਾਣਗੀਆਂ? ਤੂੰ ਗੱਲ ਕਰਨ ਵਾਲੀ, ਮੈਂ ਤੈਨੂੰ ਸਿਆਣਾ ਸਾਣਾ, ਮੈਂ ਤੇਰੇ ਪ੍ਰੋਗਰਾਮ ਵੇਖ ਵੇਖ ਕੇ ਮੈਂ ਕਿਹਾ ਬੜਾ ਅਕਲਾ ਵਾਲਾ, ਉਹ ਇੱਥੋਂ 5 ਕਿਲੋ ਲੱਕੜ ਜਿਹੜੀ ਲਿਜਾਣੀ ਆ ਪਾਕਿਸਤਾਨ, ਇਹ ਕੋਈ ਕੰਮ ਆ? ਪਾਕਿਸਤਾਨ ਦਾ ਨਕਸ਼ਾ ਨਜ਼ਰ ਆਊਗਾ ਤੇ ਪਹੁੰਚ ਜਾਏ, ਇਹ ਕਿਹੜੀ ਗੱਲ? ਬਾਬਾ ਜੀ 7 ਸਮੁੰਦਰ ਪਾਰ ਆ, ਬਲਕਿ 14 ਸਮੁੰਦਰ ਪਾਰ ਆ, ਇਸ ਤੋਂ ਅੱਗੇ ਤਾਂ ਹੈ ਹੀ ਕੁਛ ਨੀ। ਬੇਵਕੂਫ ਨਾ, ਆ ਜ਼ਮੀਨ ਤੇ ਬਣਾ ਦੁਨੀਆ ਦਾ ਨਕਸ਼ਾ, ਹਾਂ ਲੱਕੜਾਂ ਲੈ ਫੜ, ਸਾਰੇ ਮੁਲਕ ਲਿਖ ਲੈ ਵਿੱਚ ਸਮੁੰਦਰ, ਤੇ ਮਾਰ ਛਾਲ, ਆ ਰੂਸ ਆ ਗਿਆ, ਆ ਜਰਮਨੀ ਆ ਗਿਆ, ਆ ਬੈਲਜੀਅਮ ਆ ਗਿਆ, ਆ ਇਰਾਨ ਆ ਗਿਆ, ਇਹ ਆ ਪਾਕਿਸਤਾਨ ਆ ਗਿਆ। ਬਾਬਾ ਜੀ ਤੁਹਾਡਾ ਘਰ ਆ ਗਿਆ, ਪੁੱਤਰ ਜਾਵੇ ਮੇਰੇ ਕਾ ਪਹੋਲਾ ਕਰਦਾ। ਇਹ ਮੈਨੂੰ ਦਿਓ, ਉੱਥੇ ਨਾ ਗੈਸ ਦੇ ਹੱਥੋਂ ਬਹੁਤ ਤੰਗ ਆ, ਠੰਡੇ ਪਾਣੀ ਨਾਲ ਮੁੰਡੇ ਦੇ ਵੇਲੇ ਬੱਚੇ ਮੂੰਹ ਧੋਂਦੇ ਨਾ ਤੇ ਮੈਨੂੰ ਗਾਲਾਂ ਕੱਢਦੇ। ਪੁੱਤ ਠੰਡੇ ਪਾਣੀ ਮੂੰਹ ਧੋਣਾ ਚਾਹੀਦਾ, ਫਿਰ ਇਸ ਕਰਕੇ ਜਿਹੜੇ ਮੂੰਹ ਦੇ ਅੰਦਰ ਹੁੰਦੇ ਆ ਨਾ ਲੇਸਾਂ, ਜਿਹਨੂੰ ਤੁਸੀਂ ਅੰਗਰੇਜ਼ੀ ਜੈਲ ਕਹਿੰਦੇ, ਜੈਲ ਉਹ ਸਹੀ ਰਹਿੰਦੀ ਆ, ਉਹ ਖੁਸ਼ਕੀ ਆ ਜਾਂਦੀ। ਬਾਬਾ ਜੀ ਮੁੰਡਾ ਇੰਜ ਲੱਗਦਾ ਵੀ ਆਟੇ ਚੋਂ ਕੱਢਿਆ। ਇਹ ਗੱਲ ਵੀ ਠੀਕ ਹੈ, ਤੇਰਾ ਨਾਂ ਮੈਨੂੰ ਯਾਦ ਆ ਜਦੋਂ ਤੇਰਾ ਵਿਆਹ ਹੋਇਆ, ਨਾ ਤੇਰਾ ਮੈਨੂੰ ਯਾਦ ਆ ਜਦੋਂ ਤੇਰਾ ਵਿਆਹ ਹੋਇਆ, ਤੇਰੇ ਘਰਦਿਆਂ ਨੇ ਕੀਤਾ ਮੇਕਅਪ, ਸਾਰੇ ਇਹੀ ਕਹਿਣ ਵੀ ਚੂਹੀ ਜਿਹੜੀ ਆਟੇ ਚੋਂ ਨਿਕਲੀ ਆ। ਬਹੁਤ ਅੱਛੀ, ਮੈਨੂੰ ਇੰਨਾ ਹਾਸਾ ਆਇਆ। ਅੱਛਾ ਉਹ ਅਗਰ ਗੱਲ ਦੁਲਹਨ ਤੱਕ ਪਹੁੰਚ ਗਈ, ਉਹ ਹਾਸਾ ਬਣਿਆ, ਉਹ 5-6 ਦਿਨ ਛੇੜਦੀ ਰਹੀ, ਸਹੇਲੀਆਂ ਨੂੰ ਛੇੜਦੀਆਂ ਨੇ, ਚੂਹੇ ਨਾਲ ਵਿਆਹ ਕੀਤਾ। ਮੈਂ ਬੜਾ ਜਲਦੀ ਖਾਦੀ ਯਾਦ ਆ, ਤੇਰਾ ਪਿਓ ਤੇ ਮੈਂ ਲੜ ਪਏ ਸੀ, ਬੜਾ ਮਾਰਿਆ ਮੈਂ ਉਹਨੂੰ। ਅੱਛਾ ਗੋਗਾ ਜਿਹੜਾ ਨਾ, ਉਹ ਅਗਰ ਤੁਹਾਨੂੰ ਹਾਂ ਮਿਲਣਾ ਚਾਹੇ ਤੇ ਮਿਲ ਸਕਦਾ? ਜ਼ਰੂਰ ਮਿਲੇ, ਪਰ ਮੈਨੂੰ ਪਹਿਲੇ ਦੱਸ ਦੇ ਤਾਂ ਕਿ ਮੈਂ ਆਪਣੇ ਕੱਪੜਿਆਂ ਤੇ ਕੋਈ ਸ਼ੈ ਲਵੇਟ ਲਵਾਂ। ਆਹੋ ਆਹੋ, ਵੀ ਉਹਦਾ ਜਿਹੜੀ ਆ ਕਲਰ ਕੰਬੀਨੇਸ਼ਨ ਉਹਦਾ ਮੈਨੂੰ ਨਾ ਲੱਗ ਜਾਏ, ਜਾਂ ਨੱਕ ਤੇ ਕੋਈ ਚਾਹ ਲਾ ਤਾਂ ਕਿ ਉਹਦੀ ਉਛਾਣ ਤੋਂ ਬਚ ਜਾ। ਅੱਛਾ ਜੋਰਜ ਵਾਸ਼ਿੰਗਟਨ ਦੇ ਘਰ ਗਏ ਉਹ? ਲਓ ਦੱਸੋ ਕੋਈ ਗੱਲ ਯਾਰ, ਵੈਸੇ ਅਫਸੋਸ ਹੋਇਆ। ਕਿਉਂ ਜੀ? ਇਹ ਨਾਲ ਦਾ ਟਾਲ ਜੋਰਜ ਵਾਸ਼ਿੰਗਟਨ ਦਾ, ਹੋਰ ਕਿਹਦਾ? ਜੋਰਜ ਵਾਸ਼ਿੰਗਟਨ ਪਹਿਲਾ ਸਦਰ ਹੋਇਆ ਜਿਹਨੇ ਅਮਰੀਕਾ ਸਾਰਾ ਇਕੱਠਾ ਕੀਤਾ ਵਾ, ਇਹ ਸਟੇਟਾਂ ਹੁੰਦੀਆਂ ਸੀ, ਅਮਰੀਕਾ ਐਡਾ ਵੱਡਾ, ਤੁਸੀਂ ਫਿਰਿਆ ਹੀ ਨਹੀਂ, ਤੁਸੀਂ ਟਾਲ ਤੋਂ ਅੱਗੇ ਜਹਾਂ ਵੀ ਔਰ ਹੈ, ਟਾਲ ਤੋਂ ਬਾਹਰ ਨਿਕਲੇ ਹੀ ਨਹੀਂ। ਕਿਵੇਂ ਉਹਨੇ ਇਕੱਠੀਆਂ ਕੀਤੀਆਂ ਸਟੇਟਾਂ?
ਇਹ ਸਟੇਟਾਂ ਸੀ ਲਹਿਦਾ ਲਹਿਦਾ ਆਪਸ ਚ ਲੜਦੇ ਸੀਗੇ ਕਿ ਅਸੀਂ ਵੱਡੇ ਆ, ਉਹ ਕਹਿੰਦੇ ਸੀ ਅਸੀਂ ਵੱਡੇ, ਇੱਧਰ ਕੋਈ ਨਾ ਆਵੇ, ਇੱਥੇ ਲੜਾਈਆਂ ਹੋਈਆਂ। ਤੁਸੀਂ ਤਰੀਖ ਨੀ ਨਾ ਪੜੀ, ਤੁਸੀਂ ਆਉਂਦੇ ਤੇ ਲੱਕੜਾਂ ਚ ਪੈ ਗਏ। ਮੈਂ ਤੈਨੂੰ ਤਰੀਖ ਦੇ ਦੇਣਾ, ਤਰੀਖ ਪੜ ਲੈ। ਉਹਨੇ ਸਭ ਨੂੰ ਫਿਰ ਇਕੱਠਿਆਂ ਕੀਤਾ ਔਰ ਇੱਕ ਸਟੇਟ ਬਣਾਈ, ਸਟੇਟਾਂ ਇਕੱਠੀਆਂ ਕਰਕੇ ਅਮਰੀਕਾ ਬਣਾਇਆ। ਇਹਨੂੰ ਇਸੇ ਲਈ ਕਹਿੰਦੇ ਸਟੇਟ ਆਫ ਅਮਰੀਕਾ। ਅਮਰੀਕਾ ਯਾਰ, ਤੂੰ ਯੂ ਐਸ ਏ ਦੋ ਚਾਰ ਜਮਾਤਾਂ ਪੜਿਆ ਲਿਖਿਆ ਲੱਗਣਾ। ਨਹੀਂ ਪੜਿਆ ਕੋਈ ਨੀ, ਮੈਂ ਤੁਹਾਡੇ ਵਰਗੇ ਬੰਦਿਆਂ ਕੋਲ ਬਹਿ ਕੇ ਹੀ ਅਕਲ ਉਕਲ ਨੀ ਮੈਨੂੰ ਆਈ। ਜਿਉਂਦਾ ਰਹੋ, ਜਿਉਂਦਾ ਰਹੋ, ਮੈਨੂੰ ਵੀਰ ਤਾਂ ਨਹੀਂ। ਤੇ ਲੱਕੜਾਂ ਚ ਕੁਛ ਬਚ ਬੁਚ ਵੀ ਜਾਂਦਾ? ਪੁੱਤ ਚਾਰ ਪੰਜ ਲੱਕੜਾਂ ਹੀ ਬਚ ਜਾਣ ਤੇ ਮੈਂ ਸਮਝਣਾ ਵੀ ਦਿਹਾੜੀ ਲੱਗ ਲੱਗਦੀ, ਵਿਕਣ ਤੋਂ ਬਚ ਜਾਣ ਨਾ। ਇਹਦਾ ਕੋ ਆਪਣਾ ਟੈਕਸ ਟੁਕਸ ਵੀ ਇੱਥੇ ਪੇ ਕਰਦੇ ਹੋ? ਹਰ ਸ਼ਹਿਰ ਦੇ ਟੈਕਸ। ਬੜੀ ਗੱਲ ਹੈ। ਅਰੇ ਲੱਕੜ ਵੇਚੋ, ਕਣਕ ਵੇਚੋ, ਖਲ ਵੜੇਵਾ ਵੇਚੋ, ਤੂੜੀ ਵੇਚੋ। ਅੱਛਾ, ਕੰਮ ਤੂੰ ਨਾ ਪਾਕਿਸਤਾਨ ਵਾਲੇ ਰੱਖਿਆ ਹਨਾ, ਇੱਥੇ ਵੀ ਸਾਦਾ ਹੀ। ਉਹ ਕੀ ਆ, ਉਹ ਖਾਦ ਦੀਆਂ ਬੋਰੀਆਂ ਪਈਆਂ, ਉਹ ਕੀ ਆ? ਉਹ ਨਹੀਂ, ਇਹ ਸਾਲਟ ਹੈ, ਸਾਲਟ, ਸਾਲਟ ਨਮਕ ਨਹੀਂ ਕਹੀਦਾ। ਆਹੋ, ਇਹ ਜਿਹਦੇ ਸੜਕਾਂ ਤੇ ਬਰਫ਼ ਪੈਂਦੀ ਜੰਮ ਜਾਂਦੀ ਹੈ ਨਾ, ਫਿਰ ਸਾਲਟ ਜਿਹੜੀ ਲੂਣ ਪਾਈਦਾ ਫਿਰ ਉਹ ਪਿਘਲ ਜਾਂਦੀਆਂ ਤੇ ਫਿਰ ਗੱਡੀਆਂ ਟਕਰਾਉਂਦੀਆਂ ਨੇ, ਤਿਲਕਦੀਆਂ ਨੇ। ਸਾਡੇ ਤੇ ਉੱਥੇ ਨਮਕ ਜ਼ਖਮਾਂ ਤੇ ਹੀ ਲਾਉਂਦਾ ਹੈ, ਯਕੀਨ ਕਰੋ। ਤੁਸੀਂ ਇੱਥੇ ਬਰਫ਼ਾਂ ਤੇ ਪਾਉਂਦੇ ਹੋ ਯਾਰ, ਤੂੰ ਵੀ ਨਮਕ ਹਰਾਮ ਹੀ ਲੱਗਣ ਦੇ। ਉਹ ਪੋਤੇ ਗੱਲ ਨਹੀਂ, ਹਰ ਜਗ੍ਹਾ ਦੇ ਅਸੂਲ ਕਾਨੂੰਨ ਹੁੰਦੇ ਆ, ਅਸੀਂ ਉਹਨੂੰ ਫਾਲੋ ਨਹੀਂ ਕਰਦੇ, ਉਹਦੇ ਮਗਰ ਨਹੀਂ ਜਾਂਦੇ। ਸਾਡੇ ਵੀ ਕਾਨੂੰਨ ਚੰਗੇ। ਥੋੜਾ ਜਿਹਾ ਤੁਰਿਆ ਫਿਰਿਆ ਵੀ ਕਰੋ, ਕਿਹੜਾ ਫਾਲੋ ਜੋ ਹੋਇਆ। ਤੂੰ ਤੁਰ ਫਿਰ ਕੇ ਕਿਹੜਾ ਤੇ ਜਹਾਜ਼ ਨੂੰ ਢਾਰਿਆ? ਆਹ ਲੱਕੜਾਂ ਤੁਸੀਂ ਹਜੇ ਅਵਾਰਾ ਹੀ ਛੱਡੀਆਂ, ਇਹਨਾਂ ਦਾ ਕੋਈ ਢੇਰੀ ਨਹੀਂ ਬਣਾਈ। ਪੁੱਤ ਆਹ ਜਿਹੜਾ ਤੈਨੂੰ ਭਰੀਆਂ ਨਜ਼ਰ ਆਉਂਦੀਆਂ ਨੇ, ਆਹੋ ਇਹ ਉਹਨਾਂ ਦੀਆਂ, ਇਹ ਵਿਕਦੀਆਂ ਜਾਣਗੀਆਂ ਤੇ ਉਹ ਇਹਨਾਂ ਚ ਆਉਂਦੀਆਂ ਜਾਣਗੀਆਂ। ਅੱਛਾ, ਯਾਨੀ ਕਿ ਆਹ ਸਾਂਚਾ ਬਣਾਇਆ ਤੂੰ? ਸਾਂਚਾ ਇਹਦੇ ਵਿੱਚ ਪਾ ਦੇਣੀ ਆ, ਜਦੋਂ ਐ ਬਰਾਬਰ ਹੋ ਜਾਣੀ ਤੇ ਪੂਰੀਆਂ ਹੋ ਗਈਆਂ। ਬਿਲਕੁਲ, ਤੂੰ ਗੱਲ ਉੱਥੇ ਪਾਕਿਸਤਾਨ ਤੇ ਕੰਡਾ ਲਾਇਆ ਹੁੰਦਾ, ਲੱਕੜ ਤੋਲਦੇ ਆ ਉੱਥੇ। ਇੱਥੇ ਵੀ ਹੁੰਦਾ ਕੰਡਾ, ਉਹ ਐਂ ਕਰਕੇ ਹੱਥ ਵਾਲਾ। ਅੱਛਾ, ਇਹ ਐਂ ਕਰੀਦਾ ਤੇ ਉਹਦੇ ਵਿੱਚ ਜਿਹੜਾ ਵਜ਼ਨ ਆਉਂਦਾ ਨਾ, ਉਹਦੇ ਮੁਤਾਬਕ ਫਿਰ ਵੇਚ ਦੇਈਦਾ। ਅੱਛਾ 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 ਅੱਛਾ। ਬਾਕੀ ਇੱਥੇ ਲੋਕਾਂ ਨੂੰ ਆਪ ਪਤਾ ਲੱਗ ਜਾਂਦਾ ਚੁੱਕ ਕੇ ਵੀ ਇੰਨਾ ਭਾਰ ਹੈ। ਨਹੀਂ, ਇੱਥੋਂ ਤੁਸੀਂ ਬਿਲਟੀ ਕਰਾ ਦਿਓ ਕੋਈ 5 ਕਿਲੋ ਲੱਕੜਾਂ ਪਾਕਿਸਤਾਨ ਵਾਸਤੇ। ਯਾਰ ਵੈਸੇ ਤੂੰ ਬਹੁਤ ਪਾਗਲ ਲੱਗਣਾ ਵੀ, ਇਹ ਪਹਿਲਾਂ ਗੱਲ ਦੱਸ, ਗੁਫ਼ਤਗੂ ਦੇ ਦੌਰਾਨ ਹੀ ਬਿਲਟਰੀ ਪਹੁੰਚੀ ਹੋਵੇ ਉੱਥੇ। ਹੱਦ ਹੋ ਗਈ ਯਾਰ, ਵੈਸੇ ਹੱਦ ਹੋ ਗਈ ਤੇਰੇ। ਬਾਬਾ ਜੀ, 16 ਘੰਟਿਆਂ ਜਿੱਥੇ ਮੈਂ ਪਹੁੰਚਿਆ ਤੇ ਲੱਕੜਾਂ ਇੰਜ ਪਹੁੰਚ ਜਾਣਗੀਆਂ? ਉਹ ਤੂੰ ਤੇ ਸ਼ੁਕਰਗੜ ਪਹੁੰਚ ਗਿਆ, ਕਿਤੇ ਰਸਤੇ ਦੁਬਈ ਤੈਨੂੰ ਕਿਸੇ ਲਾ ਨਹੀਂ ਲਿਆ ਤੇ ਉੱਤੋਂ ਕੋਈ ਅਸਮਾਨੀ ਛਾਵਾਂ ਲੈ ਜਾ ਲਿਓ ਜਾਂ ਜੰਗਲ ਦੀਆਂ ਕੋਈ ਮਖਲੂਕ ਜਾ ਰਹੀਆਂ। ਓਏ ਇਹਦਾ ਤੇ ਹਾਏ ਹਾਏ, ਤੂੰ ਕਹਿੰਦਾ ਤੇ ਸਹੀ, ਹੁਣ ਜੇਕਰ ਤੇਰੇ ਘਰ ਜਾ ਕੇ ਬਲਣ ਦੀਆਂ ਹੁੰਦੀਆਂ। ਬਾਬਾ ਜੀ, ਤੁਸੀਂ ਵੈਸੇ ਐਕਟਰ ਵੀ ਬਹੁਤ ਅੱਛੇ ਹੋ, ਐਕਟਿੰਗ ਕਰਨੀ ਹੈ, ਡਾਲਰਸ ਫਿਲਮ ਬਣ ਰਹੀ ਹੈ, ਇੱਥੇ ਅਜਾਜ਼ ਖਾਨ ਸਾਹਿਬ ਬਣਾ ਰਹੇ ਆ, ਅਗਰ ਤੁਹਾਨੂੰ ਉਹਦੇ ਚ ਰੋਲ ਦਈਏ। ਯਾਰ ਹੱਥ ਵੱਧੇ ਵੇਖ ਲੈ, ਮੈਨੂੰ ਕੰਮ ਦਵਾ ਦੇ, ਤੇਰੀ ਮਿਹਰਬਾਨੀ ਹੈ। ਇਹਦਾ ਮਤਲਬ ਲੱਕੜਾਂ ਚ ਕੁਛ ਨਹੀਂ ਬਚਦਾ ਤੈਨੂੰ? ਇੱਦਾਂ ਨਹੀਂ, ਬੜਾ ਪੁਰਾਣਾ ਮੈਨੂੰ ਵੀ ਨਾ ਅਹਿਰਸਾ ਹਿਰਸਾ। ਨਹੀਂ, ਅਸੀਂ ਤੁਹਾਨੂੰ ਦੇਖਿਆ, ਤੁਸੀਂ ਬੜੇ ਡਰਾਮੇ ਕੀਤੇ ਪਾਕਿਸਤਾਨ, ਡਰਾਮਾ ਕਰਕੇ ਤੇ ਇੱਧਰ ਆਏ ਹੋ। ਇਹ ਗੱਲ ਹੁਣ ਦੱਸਣ ਵਾਲੀ ਤੇ ਨਹੀਂ ਸੀ ਨਾ, ਅਜਾਜ਼ ਨੂੰ ਪਤਾ ਲੱਗਿਆ ਵੀ ਆਲਰੇਡੀ ਕੰਮ ਕਰਦਾ ਤੇ ਮੈਨੂੰ ਉਹਨੇ ਕੰਮ ਨਹੀਂ ਦੇਣਾ। ਨਹੀਂ, ਡਾਲਰ ਫਿਲਮ ਚ ਨਾ ਇੱਕ ਤੁਹਾਡਾ ਰੋਲ ਆ ਬੜਾ ਅੱਛਾ। ਅੱਛਾ, ਅਗਰ ਉਹ ਕਹਿੰਦੇ ਹੋ ਤਾਂ ਮੇਰੇ ਨਾਲ ਚੱਲੋ, ਮੈਂ ਉਹਨਾਂ ਨਾਲ ਗੱਲ ਕਰਨਾ ਵਾ ਕਿ ਆ ਮੈਂ ਬੰਦਾ ਲਿਆਇਆ ਵਾ, ਬੜਾ ਮਜ਼ਾਈ ਆ, ਬੜਾ ਅੱਛਾ, ਤੁਹਾਡੀ ਡਾਇਲੌਗ ਡਿਲੀਵਰੀ ਵੀ ਬਹੁਤ ਅੱਛੀ ਆ। ਆ ਤੇਰੇ ਗੋਡਿਆਂ ਨੂੰ ਹੱਥ ਲਾਉਣਾ? ਉਹ ਨਹੀਂ ਬਾਬਾ ਜੀ, ਮੈਂ ਗੁਨਾਹ ਕਰਨਾ ਹੈ ਵੀ ਗੋਡੇ ਚੱਕ ਤੇ ਕਰ ਲੈ। ਉਹ ਗੋਡੇ ਨਾਲ ਹੀ ਆ, ਮੈਂ ਪਾਕਿਸਤਾਨ ਛੱਡ ਆਇਆ। ਓਏ ਆ ਕੀ ਛਾਣੀਆਂ ਜੀਆਂ ਰੱਖੀਆਂ ਨਹੀਂ? ਉਹ ਨਹੀਂ ਮੁਰਸ਼ਦ, ਨਹੀਂ, ਅੱਛਾ ਕੰਮ ਦਵਾ ਦੇ ਯਾਰ, ਤੇਰੀ ਮਿਹਰਬਾਨੀ। ਅੱਛਾ, ਇੱਥੇ ਮੋਢੇ ਤੇ ਲੱਕੜਾ ਰੱਖੋ 5 ਕਿਲੋ। ਅੱਛਾ, ਤੇ ਮੇਰੇ ਨਾਲ ਚਲੋ, ਨਾਲ ਹੀ ਉਹਨਾਂ ਦਾ ਘਰ ਆ ਇੱਥੇ। ਓਏ 5 ਲੱਕੜਾਂ ਮੂੰਹ ਚ ਲੈ ਕੇ 40 ਪੈਰੀ ਟੁਰ ਪਾਓਗੇ? ਮੀਆਂ ਸਾਹਿਬ ਕੀ ਕਹਿੰਦੇ ਹੋ, ਮੈਂ ਲੈਬਰੇਡੋਰ ਆ। ਓ ਯਾਰ, ਆ ਜਿਹੜੇ ਹੁੰਦੇ ਆ ਤੀਲੀਆਂ ਮਾਚਦੀਆਂ, ਤੂੰ ਮੂੰਹ ਚੜਾ ਕੇ ਦੌੜਦਾ ਨਹੀਂ ਰਿਹਾ ਹੈਂ? ਉਹ ਵਜ਼ਨ ਕਰਦਾ ਸਾ, ਫਰਤਸ਼ ਨਹੀਂ ਕਰਦਾ ਰਿਹਾ, ਇੰਜਨ ਕਰਕੇ ਕਰਦਾ ਰਿਹਾ। ਉਹ ਵੀ ਲੱਕੜ ਹੀ ਸੀ ਕਿ? ਅੱਛਾ, ਆ ਮੈਨੂੰ ਗਿੱਲੀ ਲੱਗਦੀ ਲੱਕੜ। ਇਹ ਬੜੇ ਅਫਸੋਸ ਦੀ ਗੱਲ ਹੈ, ਮੈਂ ਤੇ ਨਾ ਬਹੁਤੀ ਦੇਰ ਹੋਰ ਰਹਿ ਨਹੀਂ ਸਕਦਾ। ਉਹ ਗਿੱਲੀ, ਓਏ ਕੀ ਕਹਤਾ ਤੂੰ, ਤੇ ਮੇਰਾ ਸਾਰਾ ਕਾਰੋਬਾਰ ਪਾਣੀ ਡੋਬ ਦਿੱਤਾ। ਮੀਆਂ ਸਾਹਿਬ, ਅਮਰੀਕਾ ਚ ਕੋਈ ਝੂਠ ਨਹੀਂ ਬੋਲਦਾ। ਅਗਲੇ ਕਹਿੰਦੇ, ਮੈਂ ਇਸ ਲਈ ਕਹਿੰਦਾ ਕਿ ਗੱਲ ਸੱਚੀ ਕਰਨੀ ਚਾਹੀਦੀ। ਓਏ ਕਿੰਨੇ ਕਹ, ਤੂੰ ਕੀ ਨਚੋੜ ਕੇ ਵੇਖੀ? ਅੱਛਾ ਵੈਸੇ ਬਾਬਾ ਜੀ, ਇਹ ਗੱਲ ਹੀ ਬੜੀ ਕਿ ਅਮਰੀਕਾ ਚ ਝੂਠ ਨਹੀਂ ਬੋਲਦੇ, ਕਿਤੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਹਾਂ ਲਓ, ਕਿੱਡੀ ਸੋਹਣੀ ਗੱਲ ਯਾਰ, ਜਿਹੜਾ ਮੂੰਹ ਇਸ ਕਾਬਲ ਹੁੰਦਾ ਮੈਂ ਚੁੰਮਣਾ, ਏਡੀ ਸੋਹਣੀ ਗੱਲ। ਆਲਾ ਵੀ ਆਪਣਾ ਸਲੀਮ, ਹਾਂਜੀ ਕਾਕਾ, ਥੀਮੇ ਆ, ਕੀ ਕਰਨ ਆਇਆ ਇੱਥੇ ਸੱਤ ਸਮੁੰਦਰ ਪਾਰ, ਇੱਥੇ ਕੀ ਲੈਣ ਆਇਆ? ਉਹ ਬਾਬਾ ਜੀ, ਮੈਂ ਨਾ ਉਹ ਡਾਲਰਸ ਫਿਲਮ ਕਰਨ ਆਇਆ ਆਜ਼ਾਦ ਖਾਨ ਸਾਹਿਬ ਦੀ, ਹਲਾ ਉਹ 'ਚ ਬੜਾ ਅੱਛਾ ਮੇਰਾ ਰੋਲ ਆ, ਹਲਾ, ਤੇ ਰਾਤੀ ਮੈਂ ਗਿਆ ਸੀ ਉੱਥੇ ਬਾਲਟੀਮੋਰ,
अच्छा जिथे बाल्टियां भर भर के समुद्र चो कड्डी दी ताकि समुद्र दा हौला होवे। अच्छा बाल्टी मोर जिन्हों कहते वन मोर वन मोर। अच्छा मोरां नु बाल्टियां पानी पिउणा। बाल्टी मोर इत्थे बड़ी पुरानी सिटी आ, उत्थे पोर्ट भी आ, उत्थे सरदार रहिंदे साडे बेली डॉक्टर सुरिंदर गिल। सुरिंदर गिल बच्चा अपना बड़ा चंगा मुंडा बड़ा भला वाणा सा के मुंडा नहीं ओ ते तुहाडे तो भी वड्डा। हां मैनूं दस दे। ਬਹੁਤ ਮਜ਼ਾ ਆਇਆ ਤੇ ਮੈਂ ਗੱਲ ਕਰਨਾ ਤੁਹਾਡੇ ਨਾਲ ਤੇ ਤੁਸੀਂ ਕਰੋ ਫਿਲਮ ਆਪਣਾ ਚੁੱਪ ਕਰਕੇ। ਮਿਹਰਬਾਨੀ। ਓਏ ਆ ਕਿ ਉਹ ਕਿੱਧਰ ਲੈ ਕੇ ਟੁਰ ਪਿਆ ਲੱਕੜਾ ਕਿੱਥੋਂ ਲੈ ਕੇ ਟੁਰ ਪਿਆ। ਉਹ ਮੈਂ ਨਹੀਂ ਵੇਚਣੀ ਆ ਬਾਬਾ ਜੀ ਮੈਂ ਨਹੀਂ ਵੇਚਣੀ ਆ। ਉਹ ਗੱਲ ਤੇ ਸੁਣ